तरन तारण के पिंड नौरंगाबाद च कल जगी पुतल जमीन के टुकड़े लिए अपने बजुर्ग माँ का गोली मार के कतल किया गया है। मरन वाली औरत की पहचान तरन तारण के मुरादपुर निवासी सविंदर कौर वजो हुई है, जो कि अपनी ती जवाई के कोल पिंड नौरंगाबाद गई हुई सी। मृतक की धी और जवाई ने दसाया कि सविंदर कौर का लड़का कारज सिंह सविंदर कौर के हिस्से की 10 कनाल जमीन अपने नाम कराने लिए उस नाल अक्सर ही कलेश करता सी, पर सविंदर कौर अपने जीवंदे जी जमीन देने तो इनकार कर रही थी, जिसते उसने सविंदर कौर नूं लड़के घरों कढ दिता। सविंदर कौर उन्होंने पास आई सी अते बीते दिन वह रिश्तेदार विचों गए हुए सन। पिछों सविंदर का लड़का कारज सिंह मोटरसाइकिल से आया तो अपनी 12 बोर की बंदूक नाल गोली मार के सविंदर कौर नूं मौत दे घाट उतार दिता। मृतक की धी जवाई ने कारज सिंह खिलाफ सख्त कार्रवाई की मांग की है। उधर तरन तारण की पुलिस ने लाश नूं कब्जे च लैके कार्रवाई आरंभ दी है। थाना मुखी प्रभजीत सिंह के मुताबिक पुलिस वालों मृतक के परिवारक मैंबरों के बयान के आधार पर कतल का मुकदमा दर्ज करके दोषी की भाल शुरू कर दी गई है। ਉਹਨੇ ਆਪਣਾ ਹਿੱਸਾ ਲੈ ਲਿਆ ਸੀ, ਇਹ ਮੇਰੀ ਮਾਂ ਦਾ ਹਿੱਸਾ ਸੀ। ਆਂਦਾ ਸੀ ਮੇਰੇ ਪੁੱਤ ਦੇ ਨਾਂ ਜਾਇਦਾਦ ਕਰਦੇ ਹੋ, ਆਂਦੀ ਮੈਂ ਜੀਂਦੀ ਕਿਵੇਂ ਕਰਦਾ, ਆਂਦੀ ਜਿੰਨਾ ਚਿਰ ਜੀਂਦੀ ਆ ਉਹਨਾਂ ਚਿਰ ਮੈਂ ਰੋਟੀ ਖਾਣੀ, ਬਾਅਦ ਚੋਂ ਮੈਂ ਤੇਰੀ ਆ, ਸਭ ਕੁਛ ਤੇਰਾ ਵਾ। ਮੇਰੇ ਬੱਚੇ ਹੀ ਨਿੱਕੇ ਦੋਏ, ਅਸੀਂ ਤਾਂ ਵਾਂਡੇ ਕੇ ਅਸੀਂ ਘਰ ਨਹੀਂ ਹੈਗੇ। ਕੀ ਨਾਮ ਤੁਹਾਡਾ, ਕੀ ਗੱਲਬਾਤ ਹੋਈ ਹੈ? ਸਰ ਮੇਰਾ ਨਾਂ ਸਰ ਹਰਦੀਪ ਸਿੰਘ ਹੈ, ਮੇਰੀ ਸੱਸ ਹੀ ਹੈ। ਇਹ ਸ਼ਾਮੀ ਮੈਂ 6:30 ਵਜੇ ਆਪਣੀ ਭੈਣ ਕੋਲ ਗਿਆ ਹਾਂ ਮਿਲਣ ਵਾਸਤੇ, ਮੇਰੀ ਨਾਲ ਘਰ ਦੀ ਵੀ। ਇਹ ਕਾਰਜ ਤੋਂ ਮਗਰੋਂ ਆਇਆ ਵਾ, ਸਾਨੂੰ ਫੋਨ ਗਿਆ ਉੱਥੇ ਵੀ ਆਪਣੀ ਰਫਲ ਲੈ ਕੇ ਆਇਆ, ਬੁਲਟ ਮੋਟਰਸਾਈਕਲ 'ਤੇ ਆਇਆ, ਇਹਨੇ ਆ ਕੇ ਮਾਤਾ ਨੂੰ ਗੋਲੀ ਮਾਰੀ ਹੈ। ਮੇਰੇ ਉੱਥੇ ਬੱਚੇ ਅਤੇ ਹੋਰ ਵੀ ਆਪਣੇ ਰਿਸ਼ਤੇ ਲਾਗੇ ਆਂਢ ਗੁਆਂਢ ਸੀ, ਉਹਨਾਂ ਨੇ ਕਿਹਾ ਜਦੋਂ ਅਸੀਂ ਮੌਕਾ ਆ ਕੇ ਵੇਖਿਆ ਤਾਂ ਮਾਤਾ ਮਰੀ ਹੋਈ। ਝਗੜਾ ਕੀ ਕਾਰਨ ਕੀ ਹੈ? ਕਾਰਨ ਸੀ ਇਹਨਾਂ ਦਾ ਆਪਸ ਵਿੱਚ ਕੋਈ ਝਗੜਾ ਚੱਲਦਾ, ਮਾਂ ਪੁੱਤ ਮੇਰਾ ਨਾਲ ਕੋਈ ਝਗੜਾ ਨਹੀਂ ਆ, ਇਹਨਾਂ ਆਪਸ ਵਿੱਚ ਹੀ ਕੋਈ ਪੈਲੀ ਪੂਲੀ ਦਾ ਕੋਈ ਝਗੜਾ ਹੈਗਾ। ਇਹਨੇ ਮਾਂ ਨੂੰ ਘਰੋਂ ਕੱਢਿਆ ਹੋਇਆ ਸੀ ਅਤੇ ਉਹ ਧੀ ਕੋਈ ਉਹਦੀ ਇੱਕੋ ਇੱਕ ਧੀ ਹੈ ਉਹਦੀ, ਧੀ ਕੋਈ ਜ਼ਿਆਦਾ ਸੀ ਉਹ, ਅਤੇ ਮਿਲਣ ਵਾਸਤੇ ਆਈ, ਸਾਨੂੰ ਤਾਂ ਪਤਾ ਨਹੀਂ ਕੀ ਗੱਲ, ਮਗਰ ਆ ਕੇ ਗੋਲੀ ਮਾਰ ਦਿੱਤੀ। ਇਹਦੇ ਘਰੋਂ ਇਹਦੀ ਘਰ ਦੀ ਨੂੰ ਪਤਾ ਸੀ ਇਹਨੇ ਵੀ ਮਤਲਬ ਕਿ ਆਇਆ ਵਾ, ਇਹਨੇ ਉਹਦਾ ਕੋਈ ਫੋਨ ਨਹੀਂ ਕੀਤਾ ਵੀ ਗੋਲੀ ਮਾਰ ਲੱਗਾ ਵਾ, ਆਇਆ ਵਾ ਤੁਹਾਡੇ ਕੋਲ ਰਫਾ ਲੈ ਕੇ, ਜੋ ਘਰੋਂ ਹੀ ਆਇਆ ਨਾ, ਘਰ ਦੀ ਨੂੰ ਸਾਰਾ ਪਤਾ। 4-5 ਦਿਨ ਮੇਰਾ ਭਾਣਜਾ ਇਹਨੂੰ ਧਮਕੀ ਵੀ ਦਿੱਤੀ ਇਹਦੀ ਘਰ ਦੀ ਨੇ ਵੀ ਤੁਹਾਨੂੰ ਛੱਡਣਾ ਨਹੀਂ, ਪਤਾ ਨਹੀਂ ਕੀ ਕਾਰਨ ਸਾਡੇ 'ਤੇ ਕਿਉਂ ਉੱਥੇ। ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਨੇ ਇਹਨਾਂ ਦਾ ਇਨਸਾਫ਼ ਹੋਣਾ ਚਾਹੀਦਾ, ਮਾਤਾ ਦਾ ਜਿਹੜਾ ਇਹਨੇ ਮਰਡਰ ਕੀਤਾ ਆ ਇਹਨੂੰ ਸਖ਼ਤ ਤੋਂ ਸਜ਼ਾ ਹੋਣੀ ਚਾਹੀਦੀ ਆ। ਇਹ ਸਾਨੂੰ ਜਾਨੋਂ ਮਾਰਦੀਆਂ, ਮੈਨੂੰ ਵੀ ਧਮਕਿਆ ਦਿੰਦਾ, ਮੇਰੀ ਘਰ ਵਾਲੀ ਨੂੰ ਵੀ, ਵੀ ਅਸੀਂ ਮਾਤਾ ਨੂੰ ਰੱਖ ਕਿਉਂ ਰਹੇ ਹਾਂ। ਕੱਲ੍ਹ ਸਰ ਸ਼ਾਮ ਦੀ ਪੁਲਿਸ ਨੇ ਆਪਣਾ ਪਰਚਾ ਦਰਜ ਕਰ ਲਿਆ, ਸਾਰਿਆਂ ਦਾ ਡੈਡ ਬੋਡੀ ਸਿਵਲ ਹਸਪਤਾਲ ਆ। ਤਰਨ ਤਾਰਨ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।